ਹਾਂਜੀ ਕੀ ਹਾਲ ਚਾਲ ਆ ਜੀ ਤੁਹਾਡੇ ਸਾਰਿਆਂ ਦਾ। ਅਤੇ ਅੱਜ ਆਪਾਂ ਸਿੱਧੂ ਮੂਸੇਵਾਲੇ ਦੇ ਚੋਰਨੀ ਗਾਣੇ 'ਚ ਆਪਣਾ ਵਰਸ ਐਡ ਕਰਾਂਗੇ। ਅਤੇ ਆਪਾਂ ਦੇਖੋ ਜੀ ਇਹ ਸਾਰੇ ਪ੍ਰੋਸੈਸ ਨੂੰ ਚਾਰ ਹਿੱਸਿਆਂ 'ਚ ਡਿਵਾਈਡ ਕਰਾਂਗੇ। ਪਹਿਲਾਂ ਆਪਾਂ ਗਾਣੇ ਦੀ ਬੀਟ ਚੱਕਾਂਗੇ, ਉਹਦੇ ਉੱਤੇ ਲਿਖਾਂਗੇ, ਰਿਕਾਰਡ ਕਰਾਂਗੇ ਅਤੇ ਮਿਕਸ ਮਾਸਟਰ ਕਰਾਂਗੇ ਜੀ। ਅਤੇ ਇੱਦਾਂ ਕਰਕੇ ਆਪਣਾ ਗਾਣਾ ਗੁਣਾ ਰੈਡੀ ਹੋ ਜਾਣਾ। ਪ੍ਰੋਸੈਸ ਔਖਾ ਜੀ, ਉਸ ਤੋਂ ਕੋਸ਼ਿਸ਼ ਮੇਰੀ ਆ ਜੀ ਕਿ ਮੈਂ ਇੱਕ ਦਿਨ 'ਚ ਕਰ ਦੇਣਾ। ਬਾਕੀ ਜੀ ਚਲੋ ਜੀ ਆਪਾਂ ਸਿੱਧਾ ਪ੍ਰੋਸੈਸ ਵੱਲ ਵੱਧਦੇ ਹਾਂ। ਦੇਖੋ ਜੀ ਪਹਿਲਾਂ ਆਪਾਂ ਨੂੰ ਆਹ ਬੀਟ ਆਪਾਂ ਡਾਊਨਲੋਡ ਕਰ ਲਈ ਆ, ਅਤੇ ਆਪਾਂ ਸਿੱਧਾ ਇਹਨੂੰ ਵੋਕਲ ਰਿਮੂਵਰ ਦੇ ਵਿੱਚ ਪਾਉਣਾ ਗਾ। ਆ ਬੀਟ ਸਾਡੀ ਹੈ, ਦੇਖੋ ਜੀ ਆ ਗਿਆ ਆਪਣਾ ਵਿਸ਼ਰਿਆ, ਠੀਕ ਹੈ ਨਾ ਜੀ। ਅਤੇ ਇਸ ਤੋਂ ਬਾਅਦ ਜੀ ਆਪਾਂ ਇਹਦੇ 'ਤੇ ਉੱਤੇ ਲਿਖਣਾ, ਅਤੇ ਉਹਦੇ ਬਾਰੇ ਜੀ ਮੈਂ ਤੁਹਾਨੂੰ ਪਹਿਲਾਂ ਆਪਦੇ ਬਾਰੇ ਮਾੜਾ ਮੋਟਾ ਦੱਸਣਾ ਚਾਹੂੰਗਾ। ਰੈਸਟ ਇਨ ਪੀਸ ਸਿੱਧੂ ਮੂਸੇਵਾਲਾ ਜੀ। ਓਬਵੀਅਸਲੀ ਮੈਂ ਇਹ ਫੀਲਡ ਦੇ ਵਿੱਚ ਇੱਕ ਤਰ੍ਹਾਂ ਸਿੱਧੂ ਮੂਸੇਵਾਲਾ ਬਾਈ ਨੂੰ ਟ੍ਰਿਬਿਊਟ ਦੇ ਕੇ ਐਂਟਰ ਕਰਨਾ ਚਾਹੁੰਦਾ ਸੀਗਾ। ਅਤੇ ਬਹੁਤਾ ਮੈਨੂੰ ਜੀ ਕੋਈ ਬਹੁਤਾ ਆਉਂਦਾ ਲਿਖਣਾ ਗਾਉਣਾ ਨੀਗਾ, ਕਿ ਆਪਾਂ ਜਮਾਂ ਹੀ ਮਤਲਬ ਜਮਾਂ ਹੀ ਜੀਰੋ ਤੋਂ ਸ਼ੁਰੂ ਕਰ ਰਹੇ ਹਾਂ। ਅਤੇ ਮੈਨੂੰ ਸੀਗਾ ਕਿ ਐਟਲੀਸਟ ਮੈਂ ਆਪਣੀ ਜਰਨੀ ਉਸ ਪਾਸਿਓਂ ਸਟਾਰਟ ਕਰਨੀ ਆ, ਕਿ ਜਿੱਥੇ ਮੈਂ ਸਿੱਧੂ ਮੂਸੇਵਾਲਾ ਬਾਈ ਨੂੰ ਟ੍ਰਿਬਿਊਟ ਦਿੱਤਾ ਹੋਵੇ, ਤਾਂ ਕਿ ਫਿਰ ਇੱਕ ਤਰ੍ਹਾਂ ਦਿਲ ਨੂੰ ਤਸੱਲੀ ਜੀ ਮਿਲਦੀ ਆ। ਚਲੋ ਜੀ ਹੁਣ ਇਹ ਹੋ ਗਈ ਥੋੜ੍ਹੀ ਬਹੁਤੀ ਮੇਰੇ ਬਾਰੇ ਜਾਣਕਾਰੀ, ਅਤੇ ਇਸ ਤੋਂ ਬਾਅਦ ਆਪਾਂ ਸਿੱਧਾ ਅੱਗੇ ਵੱਧਦੇ ਹਾਂ, ਕੀ ਕਹਿੰਦੇ ਨੇ, ਲਿਰਿਕਸ ਲਿਖਣ ਵੱਲ। ਚਲੋ ਜੀ ਮੇਰੀ ਲਿਰਿਕਸ ਦੀ ਦੇਖੋ ਜੀ ਦੋ ਕੋਸ਼ਿਸ਼ ਹੈ। ਇੱਕ ਤਾਂ ਮੈਨੂੰ ਹੈ ਜੀ ਮੈਂ ਥੋੜ੍ਹਾ ਸਿੱਧੂ ਮੂਸੇਵਾਲਾ ਸਟਾਈਲ ਲਿਖਣਾ, ਅਤੇ ਕਿਉਂਕਿ ਐਕਚੁਅਲ 'ਚ ਮੇਰੀ ਆਵਾਜ਼ ਉੱਦਾਂ ਦੀ ਹੈ ਨਹੀਂ ਗੀ ਕਿ ਇੰਨੀ ਹਾਈ ਪਿੱਚ ਵਾਲੀ ਹੈਗੀ, ਵੈਸੇ ਕਿਸੇ ਦੀ ਨਹੀਂ ਵੀ, ਕਿਸੇ ਦੀ ਵੀ ਨਹੀਂ ਹੈਗੀ, ਕਿਉਂਕਿ ਉਹ ਬੰਦਾ ਇੱਕੋ ਸੀਗਾ ਜਿਹਦੀ ਉਹਦੇ ਵਰਗਾ ਔਖਾ ਹੀ ਲੱਭਣਾ ਜੀ ਮੇਰੇ ਹਿਸਾਬ ਨਾਲ ਦੁਨੀਆ 'ਤੇ। ਪਰ ਫਿਰ ਵੀ ਜੀ ਮੈਂ ਆਪਦੇ ਕੰਨੀ ਕੋਸ਼ਿਸ਼ ਕਰੂੰਗਾ, ਅਤੇ ਚਲੋ ਜੀ ਮੈਂ ਲਿਖਣਾ ਲੁਖਣਾ ਸ਼ੁਰੂ ਕਰਦਾ। ਅਤੇ ਮੈਂ ਵੈਸੇ ਕਹਾਂ ਜੀ ਤੁਸੀਂ ਵੀ ਨਾਲ ਕਰੋ ਜੀ, ਮਤਲਬ ਮਿਊਜ਼ਿਕ ਜੀ ਕਿੰਨਾ ਨਹੀਂ ਵਧੀਆ ਲੱਗਦਾ ਜੀ, ਸਾਰਿਆਂ ਨੂੰ ਮਿਊਜ਼ਿਕ ਵਧੀਆ ਲੱਗਦਾ। ਚਲੋ ਜੀ ਆਪਾਂ ਫਿਰ ਕਰਦੇ ਹਾਂ ਸ਼ੁਰੂ। ਹਾਂਜੀ ਅਤੇ ਇੱਧਰ ਜੀ ਆਪਣਾ ਇਹ ਜਿੰਨਾ ਕੁ ਮੇਰੇ 3-4 ਪੈਰੇ ਜੀ ਰੈਡੀ ਹੋ ਗਏ ਨੇ। ਅਤੇ ਜਦੋਂ ਬੰਦਾ ਲਿਖਦਾ ਬੰਦੇ ਨੂੰ ਹਿਸਾਬ ਆ ਜਾਂਦਾ ਕਿ ਮੈਂ ਵਧੀਆ ਲਿਖਿਆ ਘਟੀਆ ਲਿਖਿਆ ਜੀ। ਇੱਕ ਜੀ ਮੈਂ ਤੁਹਾਨੂੰ ਦੱਸ ਦੇਣੇ, ਜੋ ਮੈਂ ਲਿਖਿਆ ਨਾ ਜੀ ਮਤਲਬ ਮੈਂ ਕੌਨਫੀਡੈਂਟ ਹਾਂ ਜੀ ਕਿ ਪਸੰਦ ਆਊਗਾ, ਕਿ ਮਾੜਾ ਨਹੀਂ ਹੋਊਗਾ, ਕਿਉਂਕਿ ਮਿਕਸਿੰਗ ਮਾਸਟਰਿੰਗ ਦੀ ਜੀ ਗਰੰਟੀ ਹੁੰਦੀ ਨਹੀਂ ਗੀ। ਹਰ ਇੱਕ ਬੰਦਾ ਆਹ ਪਹਿਲੇ ਸਟੇਜਾਂ 'ਚੋਂ ਨਿਕਲਦਾ, ਅਤੇ ਮੈਨੂੰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਵੱਡੇ ਵੱਡੇ ਆਰਟਿਸਟਾਂ ਨੂੰ ਮੈਚ ਕਰ ਸਕਦਾ, ਬਟ ਮੈਂ ਇੱਕ ਹਾਸਲ ਕਰ ਰਿਹਾ ਜੀ ਜੋ ਮੈਨੂੰ ਹੈਗਾ ਕਿ ਮੈਂ ਸਟੈਪ ਬਾਏ ਸਟੈਪ ਚੜ੍ਹਨਾ ਗਾ। ਅਤੇ ਐਟਲੀਸਟ ਮੈਂ ਇੰਨਾ ਕਹਿ ਸਕਦਾ ਕਿ ਵਧੀਆ ਹੋਊਗਾ, ਕਿ ਜਿਹੜੇ ਉਹ ਤੁਸੀਂ ਨੈੱਟ 'ਤੇ ਮਜ਼ਾਕ ਜਾਂ ਬਣਦਾ ਦੇਖਦੇ ਕਿ ਉਹਨਾਂ ਨਾਲੋਂ ਚੰਗਾ ਹੀ ਹੋਵੇ, ਇੰਨਾ ਮੈਂ ਤੁਹਾਨੂੰ ਦੱਸ ਦਿੰਦਾ ਜੀ। ਅਤੇ ਲਿਰਿਕਸ ਤੋਂ ਜੀ ਮੈਂ ਬਿਲਕੁਲ ਸੈਟਿਸਫਾਈਡ ਹਾਂ ਜੀ ਬਹੁਤ ਜ਼ਿਆਦਾ। ਅਤੇ ਉਸ ਤੋਂ ਬਾਅਦ ਆਪਾਂ ਇਹ ਕੰਮ ਕਰਦੇ ਹਾਂ, ਆਪਾਂ ਰਿਕਾਰਡ ਵਾਲਾ ਕੰਮ ਕਰਦੇ ਹਾਂ। ਅਤੇ ਬਸ ਜੀ ਇਹੀ ਆਰਟਿਸਟ ਦਾ ਹੁੰਦਾ ਜੀ ਸਾਰਾ ਕੰਮ। ਦੇਖੋ ਜੀ ਇੱਕ ਲੈਪਟਾਪ, ਇੱਕ ਕੁਰਸੀ, ਨਿੱਕੇ ਮੋਟੇ ਮਾਈਕ ਨਾਲ ਜੀ ਦੇਖੋ ਜੀ ਇੱਥੇ ਬੈਠਾ ਬੈਠਾ ਹੀ ਦੇਖੋ ਵੀ ਮਤਲਬ ਸਾਰਾ ਕੁਛ ਹੀ ਹੋ ਜਾਂਦਾ ਜੀ, ਮਤਲਬ ਅੱਜ ਕੱਲ੍ਹ ਸਹੂਲਤਾਂ ਤਾਂ ਬੜੀਆਂ ਨੇ। ਅਤੇ ਚਲੋ ਜੀ ਆਪਾਂ ਫਿਰ ਸ਼ੁਰੂ ਕਰਦੇ ਹਾਂ, ਅਤੇ ਆਪਦਾ ਪਹਿਲਾ ਪ੍ਰੋਜੈਕਟ ਰੈਡੀ ਕਰਦੇ ਹਾਂ। ਚਲੋ ਜੀ ਪਲੱਗ ਹੈਗਾ ਸਾਰਾ ਕੁਛ, ਬਸ ਓਕੇ ਇੱਧਰੋਂ ਜੀ ਕਰ ਲਿਆ ਬੀ ਬੀ ਪੀ ਐਮ ਆਪਾਂ ਸੈੱਟ, ਕੰਨਾਂ 'ਚ ਠੋਕ ਲਿਆ ਹੈੱਡਫੋਨ। ਚਲੋ ਜੀ ਹਾਂਜੀ ਅਤੇ ਇੱਥੇ ਜੀ ਮੈਂ ਆਪਣਾ ਰਿਕਾਰਡ ਵਾਲਾ ਪਾਸਾ ਵੀ ਡਨ ਕਰ ਲਿਆ ਜੀ। ਅਤੇ ਇੱਥੇ ਤੱਕ ਤੁਸੀਂ ਲਾ ਜੀ ਮੈਨੂੰ 3 ਘੰਟੇ ਹੋਏ ਨੇ ਜੀ ਇੱਧਰ ਬੈਠੇ ਨੂੰ, ਅਤੇ ਲਗਭਗ ਕੀ ਹੋ ਗਿਆ ਜੀ ਆਪਣਾ ਬੀਟ ਵਾਲਾ ਕੰਮ ਹੋ ਗਿਆ, ਲਿਰਿਕਸ ਵਾਲਾ ਕੰਮ ਹੋ ਗਿਆ, ਰਿਕਾਰਡ ਵਾਲਾ ਕੰਮ ਹੋ ਗਿਆ। ਤੁਸੀਂ ਇਹ ਮੰਨ ਲਓ ਜੀ 21 ਚੋਂ 6 ਘੰਟੇ ਸੌਣ ਵਾਲੇ ਹੋ ਗਏ, 21 ਚੋਂ 6 ਗਏ, 15 ਰਹਿ ਗਏ, ਮਤਲਬ 15 ਘੰਟੇ ਮੇਰੇ ਕੋਲ ਪੂਰੇ ਜੀ ਮਿਕਸਿੰਗ ਮਾਸਟਰਿੰਗ ਦੇ ਹੈਗੇ ਜੀ ਕਰਕੇ। ਮੈਂ ਮਤਲਬ ਤੁਸੀਂ ਇਹ ਮੰਨ ਲਓ 75% ਤੁਹਾਨੂੰ ਮੈਂ ਸੁਣਾ ਦੇਣਾ ਜੀ, ਮਤਲਬ 75% ਪ੍ਰੋਜੈਕਟ ਡਨ ਕਰਕੇ ਜੀ ਆਹ ਵੀਡੀਓ 'ਚ ਮੈਂ ਪਾ ਦੇਣਾ ਜੀ, ਕਿਉਂਕਿ ਇੰਨਾ ਵਧੀਆ ਮੇਰੇ ਕੋਲ ਹੁੰਦਾ ਵੀ ਨਹੀਂ ਗਾ, ਅਤੇ ਹਜੇ ਮੇਰਾ ਹੈ ਵੀ ਜੀ ਪਹਿਲਾ ਪ੍ਰੋਜੈਕਟ। ਅਤੇ ਚਲੋ ਜੀ ਕੋਈ ਨਾ, ਅਤੇ ਬਾਕੀ ਆ ਜੀ ਹੁਣ ਮਿਕਸਿੰਗ ਮਾਸਟਰਿੰਗ ਦਾ ਕੰਮ ਆ। ਤੁਸੀਂ ਸਿੱਧਾ ਹੁਣ ਮਿਕਸਿੰਗ ਮਾਸਟਰਿੰਗ ਦਾ ਤਾਂ ਜੇ ਕਹੋਗੇ ਤਾਂ ਨੈਕਸਟ ਟਾਈਮ ਸੁਣਾਵਾਂਗੇ, ਹਜੇ ਕੋਈ ਫਾਇਦਾ ਨਹੀਂ ਗਾ। ਅਤੇ ਸਿੱਧਾ ਤੁਹਾਨੂੰ ਪ੍ਰੋਜੈਕਟ ਸੁਣੋ ਜੀ, ਅਗਲੀ ਵਾਰ ਕਹੋਗੇ ਫਿਰ ਤੁਹਾਨੂੰ ਕਰਕੇ ਵੀ ਦਿਖਾ ਦਾਂਗੇ, ਨਹੀਂ ਹਜੇ ਤਾਂ ਤੁਸੀਂ ਪ੍ਰੋਜੈਕਟ ਇੰਜੋਏ ਕਰੋ, ਹਜੇ ਦੂਜਾ ਵੀ ਰੈਡੀ ਪਿਆ ਬਟ ਹਜੇ ਪਹਿਲਾਂ ਇੰਜੋਏ ਕਰੋ ਜੀ। ਚਲੋ ਠੀਕ ਹੈ ਜੀ। ਜੱਟ ਦੇ ਬੇਟੇ ਡਿਆ ਹਿਸਾਬ ਦੱਬਦਾ ਨੀ ਸਾਡਾ ਬੈਕਗਰਾਉਂਡ ਆ, ਪੰਜਾਬ ਗੋਲੀ ਖਾ ਕੇ ਛਾਤੀ ਤੇ ਵੇ ਕਦੇ ਪਿੱਠ ਨੀ ਕੀਤੀ, ਕਿਉਂਕਿ ਰੱਬ ਨੂੰ ਵੀ ਉੱਤੇ ਜਾ ਕੇ ਦੇਣੇ ਆ ਜਵਾਬ। ਹੁਣ ਕਰ ਲਈ ਆ ਲੋੜ ਕੋਈ ਫਿਕਰ ਨਹੀਂ, ਪੈ ਜਾਵੇ ਪਰਚਾ ਕੋਈ ਫਿਕਰ ਨਹੀਂ, ਗੇਮ ਵਿੱਚ ਆ ਗਏ ਆਏ ਜੱਟ ਮੁੜ ਕੇ, ਤਾਂ ਹੀ ਐਂਟੀਆਂ ਦਾ ਅੱਜ ਕੱਲ੍ਹ ਜ਼ਿਕਰ ਨਹੀਂ, ਪੈਸਿਆਂ ਦੇ ਵੱਟੇ ਨਾ ਸਿਆਈ ਵੀ ਕੀ ਹੈ, ਨਾ ਕਲਮ ਬਰੂਦੀ ਕਿਸੇ ਕੋਲੋਂ ਸਿੱਖੀ ਹੈ, ਬੰਬੇ ਛੱਡ ਦੁਨੀਆਂ 'ਚ ਚਰਚੀ ਆ ਸਾਡੇ, ਤਾਂ ਹੀ ਰੱਬ ਵੱਲੋਂ ਅੱਤਾਂ ਦੀ ਚੜ੍ਹਾਈ ਲਿਖੀ ਹੈ, ਫਿਰ ਮੱਥੇ ਵਿੱਚ ਡੰਡਾ ਮੁੰਡਾ ਮਾਰਨੀ
ਵਿੱਚ ਬੈਠ ਇੱਥੇ ਕਰਦੇ ਆ ਰਾਜ ਤਾਂ ਹੀ ਲੰਡੂ ਜਿਹਾ ਜੱਟ ਕੋਲੋਂ ਸੜ